ਦੋਸਤੋ, ਮੈਂ ਕੁਲਵਿੰਦਰ ਸੰਧੂ, ਸ਼ਬਦਾਂ ਵਰਗੇ ਲੋਕ ਯੂਟਿਊਬ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਇਸ ਨੂੰ ਅੱਗੇ ਸ਼ੇਅਰ ਕਰ ਦਿਓ। ਦੋਸਤੋ, ਅੱਜ ਦਾ ਵਿਸ਼ਾ ਜਿਹੜਾ ਆਪਾਂ ਡਿਸਕਸ ਕਰਾਂਗੇ ਉਸਦਾ ਨਾਂ ਹੈ ਕਿਤਾਬਾਂ। ਦੋਸਤੋ, ਆਪਾਂ ਆਮ ਹੀ ਗੱਲ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਕਿਤਾਬਾਂ ਤੋਂ ਦੂਰ ਹੋ ਰਹੀ ਆ, ਸਾਡਾ ਕਿਤਾਬਾਂ ਪੜ੍ਹਨ ਦੇ ਵੱਲ ਰੁਝਾਨ ਨਹੀਂ ਹੈ, ਨਵੇਂ ਮੁੰਡੇ ਕੁੜੀਆਂ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ। ਤਾਂ ਅਗਰ ਅਸੀਂ ਇਸ ਨੂੰ ਦੇਖਿਆ ਜਾਵੇ ਤਾਂ ਇਸ ਚੀਜ਼ ਨੂੰ ਪ੍ਰਮੋਟ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਆਮ ਲੋਕ ਬਹੁਤ ਘੱਟ ਸਾਥ ਸਹਿਯੋਗ ਦਿੰਦੇ ਹਾਂ। ਦੋਸਤੋ, ਜੇਕਰ ਅਸੀਂ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਕਿਤਾਬਾਂ ਦੇ ਨਾਲ ਹੌਲੀ ਹੌਲੀ ਕਰਕੇ ਜੁੜ ਰਹੀ ਆ, ਫਿਲਮਾਂ ਦੇ ਵੱਲ ਨੂੰ ਜਦੋਂ ਰੁਝਾਨ ਹੋਇਆ ਪੰਜਾਬੀ ਫਿਲਮਾਂ। ਦੋਸਤੋ, ਅਗਰ ਜਿਹੜੇ ਬੰਦੇ ਨੇ ਪਹਿਲਾਂ ਫਿਲਮ ਲਿਖ ਲਈ, ਲਿਖਣ ਤੋਂ ਬਾਅਦ ਉਸ ਦੀ ਕੋਸ਼ਿਸ਼ ਹੋਵੇਗੀ ਕਿ ਫਿਲਮ ਬਣਾਉਣ, ਡਾਇਰੈਕਟਰ ਪ੍ਰੋਡਿਊਸਰ ਲੱਭਣ ਦੀ ਕੋਸ਼ਿਸ਼ ਕਰੇਗਾ। ਜਦੋਂ ਪ੍ਰੋਡਿਊਸਰ ਮਿਲ ਗਿਆ, ਉਸ ਨੂੰ ਡਾਇਰੈਕਟਰ ਮਿਲ ਗਿਆ, ਐਕਟਰ ਮਿਲ ਗਿਆ, ਤਾਂ ਉਹ ਫਿਲਮ ਬਣੇਗੀ। ਫਿਲਮ ਬਣਨ ਤੋਂ ਬਾਅਦ ਉਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਵੱਧ ਤੋਂ ਵੱਧ ਜਿਹੜੀ ਆਡੀਅੰਸ ਆ, ਜਿਹੜੀ ਆਮ ਲੋਕ ਦੇਖਣ ਵਾਲੇ ਸਰੋਤੇ ਦਰਸ਼ਕ ਇਕੱਠੇ ਕਰ ਪਾਵੇ, ਤਾਂ ਉਹ ਉਸ ਦੀ ਮਾਰਕੀਟਿੰਗ ਵੀ ਕਰੇਗਾ, ਉਸ ਦੀ ਐਡਵਰਟਾਈਜ਼ਮੈਂਟ ਵੀ ਕਰੇਗਾ। ਤਾਂ ਹੌਲੀ ਹੌਲੀ ਕੀ ਹੋਇਆ ਕਿ ਲੋਕਾਂ ਦਾ ਪੰਜਾਬੀ ਸਿਨੇਮੇ ਦੇ ਵੱਲ ਨੂੰ ਰੁਝਾਨ ਹੋਇਆ। ਤਾਂ ਹੁਣ ਹਰ ਦੂਜੇ ਤੀਜੇ ਦਿਨ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਤਾਂ ਲੋਕ ਸਿਨੇਮਿਆਂ ਦੇ ਵਿੱਚ ਜਾ ਕੇ ਦੇਖਣ ਲੱਗੇ। ਉਸੇ ਤਰ੍ਹਾਂ ਹੁਣ ਕੀ ਹੈ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਦਾ ਕਿਤਾਬਾਂ ਲਿਖਣ ਦੇ ਵੱਲ ਰੁਝਾਨ ਹੋ ਰਿਹਾ। ਜੇ ਮੈਂ ਗੱਲ ਕਰਾਂ ਰਾਣੀ ਤੱਤ ਤੋਂ ਬਾਅਦ, ਹੁਣ ਥੋੜ੍ਹਾ ਟਾਈਮ ਪਹਿਲਾਂ ਨੌਜਵਾਨ ਮੁੰਡਾ ਯਾਦਵਿੰਦਰ ਸੰਧੂ, ਉਹਨਾਂ ਦਾ ਨਾਵਲ ਆਇਆ ਵਕਤ ਬੀਤਿਆ ਨਹੀਂ, ਤਾਂ ਬੇਹੱਦ ਲੋਕਾਂ ਨੇ ਉਸਨੂੰ ਸਲਾਹਿਆ, ਬੇਹੱਦ ਉਸ ਦੀ ਹਰ ਪਾਸੇ ਤਾਰੀਫ ਸੁਣਨ ਨੂੰ ਮਿਲੀ, ਉਸਨੂੰ ਪੁਰਸਕਾਰ ਦੇ ਨਾਲ ਵੀ ਸਨਮਾਨਿਆ ਗਿਆ। ਤਾਂ ਯਾਦਵਿੰਦਰ ਦੀ ਗੱਲ ਕਰੀਏ ਤਾਂ ਕੋਈ ਬਾਹਲੀ ਵੱਡੀ ਉਮਰ ਦਾ ਮੁੰਡਾ ਵੱਡਾ ਨਹੀਂ ਹੈ, ਬੰਦਾ ਨਹੀਂ ਹੈ, ਛੋਟੀ ਉਮਰ ਦਾ ਮੁੰਡਾ ਹੈ ਜਿਹਨੇ ਇੰਨਾ ਸੋਹਣਾ ਨਾਵਲ ਲਿਖਿਆ। ਉਸ ਤੋਂ ਬਾਅਦ ਯਾਦਵਿੰਦਰ ਨੇ ਅਗਰ ਨਾਵਲ ਲਿਖਿਆ ਤਾਂ ਯਾਦਵਿੰਦਰ ਦੀ ਵੀ ਜ਼ਰੂਰ ਕੋਸ਼ਿਸ਼ ਹੋਵੇਗੀ ਕਿ ਵਧੀਆ ਲਿਖਣ ਤੋਂ ਬਾਅਦ ਉਹ ਲੋਕਾਂ ਤੱਕ ਪਹੁੰਚੇ। ਉਸਨੇ ਆਪਣੇ ਚਾਹੇ ਦੋਸਤਾਂ ਮਿੱਤਰਾਂ ਦੇ ਰਾਹੀਂ, ਯੂਨੀਵਰਸਿਟੀ ਦੇ ਰਾਹੀਂ, ਕਿਤਾਬ ਦੀਆਂ ਦੁਕਾਨਾਂ ਨੇ ਜੋ ਉਹਨਾਂ ਦੇ ਰਾਹੀਂ, ਔਨਲਾਈਨ ਉਹਨੇ ਵੱਧ ਤੋਂ ਵੱਧ ਜਿਹੜਾ ਲੋਕਾਂ ਤੱਕ ਉਸਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਜਦੋਂ ਉਹ ਲੋਕਾਂ ਨੇ ਪੜ੍ਹਿਆ, ਪਸੰਦ ਆਇਆ, ਤਾਂ ਲੋਕਾਂ ਨੇ ਇੱਕ ਦੂਸਰੇ ਨੂੰ ਵੀ ਉਸ ਬਾਰੇ ਸੁਜੈਸ਼ਨ ਦਿੱਤੇ। ਉਸ ਤੋਂ ਬਾਅਦ ਗੱਲ ਕਰੀਏ ਤਾਂ ਹੁਣ 3 ਅਗਸਤ ਨੂੰ ਕਿਤਾਬ ਰਿਲੀਜ਼ ਹੋਈ ਸੋਨ ਚਿੜੀ, ਕਿੰਨਾ ਸੋਹਣਾ ਨਾਮ ਹੈ। ਗੁਰਵਿੰਦਰ ਸਿੰਘ ਨੇ ਕਿਤਾਬ ਨੂੰ ਲਿਖਿਆ, ਜੀਵੇ ਪੰਜਾਬ ਪ੍ਰੋਗਰਾਮ ਦੇ ਵਿੱਚ ਕਿਤਾਬ ਰਿਲੀਜ਼ ਹੁੰਦੀ ਹੈ। ਤਾਂ ਗੁਰਵਿੰਦਰ ਸਿੰਘ ਵੀ ਨੌਜਵਾਨ ਉਮਰ ਦਾ ਮੁੰਡਾ ਹੈ, ਉਸਨੇ ਪੰਜਾਬ ਦੇ ਬਾਰੇ ਕਿਤਾਬ, ਪੰਜਾਬ ਦੇ ਸੱਭਿਆਚਾਰ ਦੇ ਬਾਰੇ ਕਿਤਾਬ ਲਿਖੀ ਹੈ। ਤਾਂ ਦੋਸਤੋ, ਹੁਣ ਗੁਰਵਿੰਦਰ ਵੀ ਉਸੇ ਤਰੀਕੇ ਆਪਣਾ ਸਰਕਲ ਬਣਾਏਗਾ, ਆਪਣੇ ਦੋਸਤਾਂ ਤੱਕ ਕਿਤਾਬ ਨੂੰ ਪਹੁੰਚਾਏਗਾ, ਜਿਹੜੇ ਉਸ 'ਤੇ ਅੱਗੇ ਚਾਹੁਣ ਵਾਲੇ ਲੋਕ ਆ ਉਹਨਾਂ ਤੱਕ ਹੌਲੀ ਹੌਲੀ ਕਰਕੇ ਉਸ ਦੀ ਐਡਵਰਟਾਈਜ਼ਮੈਂਟ ਹੋਵੇਗੀ, ਉਹ ਕਿਤਾਬ ਨੂੰ ਪਹੁੰਚਾਏਗਾ। ਉਸ ਤੋਂ ਬਾਅਦ ਹਰਿਆਣੇ ਤੋਂ ਮੁੰਡਾ ਗੁੱਲੂ ਅਸ਼ਨਪੁਰੀਆ, ਉਸ ਦੀ ਕਿਤਾਬ ਮੁੱਠ ਕੁ ਦਾਣੇ ਉਹ ਰਿਲੀਜ਼ ਹੋਈ ਆ,
ਬਹੁਤ ਸੋਹਣੀ ਸ਼ਬਦਾਵਲੀ ਹੈ। ਜਿੱਥੋਂ ਤੱਕ ਮੈਂ ਲਈ ਕਿਤਾਬ ਨੂੰ ਨਹੀਂ ਪੜ੍ਹਿਆ ਗਾ, ਪਰ ਮੈਂ ਉਸ ਦੀਆਂ ਜੋ ਪੋਸਟਾਂ ਪੜ੍ਹਦਾ ਤਾਂ ਜ਼ਰੂਰ ਉਸ ਦੇ ਵਿੱਚ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਉਸ ਦੀ ਸ਼ਬਦਾਵਲੀ ਲੋਕਾਂ ਨੂੰ ਪਸੰਦ ਆਉਣ ਵਾਲੀ ਹੈ, ਲੋਕਾਂ ਦੇ ਮਨਾਂ ਦੇ ਵਿੱਚ ਵਸਣ ਵਾਲੀ ਹੈ। ਤਾਂ ਹੁਣ ਉਸੇ ਤਰ੍ਹਾਂ ਗੁੱਲੂ ਅਸ਼ਨਪੁਰੀਆ ਵੀ ਆਪਣੇ ਸਰੋਤੇ ਕ੍ਰੀਏਟ ਕਰੇਗਾ। ਤਾਂ ਦੋਸਤੋ, ਜੇਕਰ ਆਪਾਂ ਦੇਖੀਏ, ਦੇਖਣ ਵਾਲੀ ਗੱਲ ਕੀ ਹੈ ਕਿ ਨੌਜਵਾਨ ਪੀੜ੍ਹੀ ਅਗਰ ਕਿਤਾਬਾਂ ਲਿਖ ਰਹੀ ਹੈ, ਜਦੋਂ ਉਹ ਕਿਤਾਬਾਂ ਲਿਖ ਰਹੀ ਹੈ ਤਾਂ ਉਹ ਆਪਣੇ ਸਰੋਤੇ ਵੀ ਕ੍ਰੀਏਟ ਕਰ ਰਹੀ ਹੈ। ਤਾਂ ਸਰੋਤੇ ਕ੍ਰੀਏਟ ਹੋਣਾ ਸਭ ਤੋਂ ਸਾਡੀ ਨੌਜਵਾਨ ਪੀੜ੍ਹੀ ਦੇ ਵਾਸਤੇ ਬਹੁਤ ਵਧੀਆ ਗੱਲ ਹੈ, ਕਿਉਂਕਿ ਜਿਹੜੇ ਨੌਜਵਾਨਾਂ ਦਾ ਸਰਕਲ ਹੈ ਉਹਨਾਂ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਜੁੜੇ ਹੋਏ ਆ। ਤਾਂ ਉਹ ਨੌਜਵਾਨਾਂ ਨੂੰ ਜਦੋਂ ਮੰਨ ਲਓ ਇੱਕ ਬੰਦੇ ਨੇ ਆਪਣੇ 200-250 ਜਿਹੜੇ ਯਾਰ ਦੋਸਤ ਉਹਨਾਂ ਤੱਕ ਆਪਣੀ ਕਿਤਾਬ ਪਹੁੰਚਾਈ, ਉਹਨਾਂ ਦੇ ਵੀ ਗਾਂਹ ਕੋਈ 10-10-20-20 ਬੰਦਿਆਂ ਨੇ ਪੜ੍ਹੀ, ਤਾਂ ਜ਼ਿਆਦਾ ਨਹੀਂ ਆਪਾਂ ਦੇਖੀਏ ਤਾਂ ਇੱਕ ਬੰਦਾ 1000 ਬੰਦੇ ਤੱਕ ਆਪਣੀ ਕਿਤਾਬ ਆਪਣੀ ਕਾਪੀ ਸੇਲ ਕਰਦਾ, 1000 ਬੰਦਾ ਉਸ ਦਾ ਪੜ੍ਹਦਾ। ਤਾਂ ਇਸੇ ਤਰ੍ਹਾਂ ਕਿੰਨੀਆਂ ਕਿਤਾਬਾਂ ਨੇ ਜਿਹੜੀਆਂ ਰਿਲੀਜ਼ ਹੋ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਪੜ੍ਹ ਰਹੇ ਆ। ਤਾਂ ਸਿਰਫ ਜ਼ਰੂਰਤ ਕਿਸ ਚੀਜ਼ ਦੀ ਹੈ ਕਿ ਜਿਸ ਤਰੀਕੇ ਦੇ ਨਾਲ ਫਿਲਮਾਂ ਦੀ ਆਡੀਅੰਸ ਕ੍ਰੀਏਟ ਹੋਗੀ, ਉਸੇ ਤਰੀਕੇ ਦੇ ਨਾਲ ਇਸ ਚੀਜ਼ ਨੂੰ ਜ਼ਰੂਰ ਥੋੜ੍ਹਾ ਟਾਈਮ ਲੱਗੇਗਾ, ਪਰ ਇੱਕ ਦਿਨ ਐਸਾ ਆਏਗਾ ਕਿ ਜਿਸ ਤਰੀਕੇ ਦੇ ਨਾਲ ਲੋਕ ਸਿਨੇਮਿਆਂ ਵੱਲ ਨੂੰ ਦੌੜਦੇ ਆ, ਉਸੇ ਤਰੀਕਿਆਂ ਦੇ ਨਾਲ ਲੋਕ ਫਿਲਮਾਂ ਵਾਲੇ ਪਾਸੇ ਵੀ ਕਿਤਾਬਾਂ ਵਾਲੇ ਪਾਸੇ ਵੀ ਆਪਣਾ ਰੁਝਾਨ ਬਣਾਉਣਗੇ। ਕਿਉਂਕਿ ਜਦੋਂ ਲਿਖਣ ਵਾਲੀ ਨੌਜਵਾਨ ਪੀੜ੍ਹੀ ਆ ਰਹੀ ਆ ਤਾਂ ਉਹ ਆਪਣਾ ਸਰੋਤਾ ਜ਼ਰੂਰ ਕ੍ਰੀਏਟ ਕਰੇਗੀ, ਅਤੇ ਹੌਲੀ ਹੌਲੀ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਕਿਤਾਬਾਂ ਵੱਲ ਨੂੰ ਆਉਣਾ ਜ਼ਰੂਰ ਸ਼ੁਰੂ ਹੋਵੇਗਾ। ਸੋ ਦੋਸਤੋ, ਮੇਰੀ ਇਹ ਰਿਕੁਐਸਟ ਹੈ, ਮੇਰੀ ਇਹ ਬੇਨਤੀ ਹੈ ਕਿ ਕੋਈ ਵੀ ਕਿਤਾਬ ਜਦੋਂ ਆਉਂਦੀ ਹੈ ਤਾਂ ਕੋਸ਼ਿਸ਼ ਕਰਿਆ ਕਰੋ ਉਸਨੂੰ ਵੱਧ ਤੋਂ ਵੱਧ ਸਪੋਰਟ ਕਰੋ, ਉਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਉਸ ਦੀ ਲੋਕਾਂ ਦੇ ਵਿੱਚ ਚਰਚਾ ਕਰੋ, ਜਿੱਥੇ ਕਿਤੇ ਆਪਾਂ ਬੈਠਦੇ ਖੜ੍ਹਦੇ ਆਪਣੇ ਸਰਕਲ ਦੇ ਵਿੱਚ ਉਸ ਕਿਤਾਬ ਦੇ ਬਾਰੇ ਗੱਲ ਕਰੋ, ਤਾਂ ਕਿ ਕੋਈ ਅਗਰ ਮਿਹਨਤ ਕਰ ਰਿਹਾ ਹੈ, ਕੋਈ ਉਸਨੂੰ ਲਿਖ ਰਿਹਾ ਹੈ, ਤਾਂ ਅਗਰ ਸਰੋਤਾ ਉਸਨੂੰ ਪੜ੍ਹੇਗਾ ਤਾਂ ਹੀ ਉਸ ਕਿਤਾਬ ਦਾ ਮੁੱਲ ਪਵੇਗਾ। ਸੋ ਦੋਸਤੋ, ਕਿਤਾਬਾਂ ਨੂੰ ਅਗਰ ਅਸੀਂ ਵੱਧ ਤੋਂ ਵੱਧ ਸਪੋਰਟ ਕਰਾਂਗੇ ਤਾਂ ਸਾਡੇ ਨੌਜਵਾਨ ਜਨਰੇਸ਼ਨ ਜਿਹੜੀ ਗਲਤ ਰਾਹਾਂ 'ਤੇ ਨਸ਼ਿਆਂ ਵੱਲ ਨੂੰ ਜਾ ਰਹੀ ਹੈ ਤਾਂ ਉਹਨਾਂ ਦਾ ਜ਼ਰੂਰ ਰੁਝਾਨ ਇੱਕ ਦਿਨ ਕਿਤਾਬਾਂ ਵਾਲੇ ਪਾਸੇ ਆਵੇਗਾ, ਉਹ ਚੰਗੇ ਰਾਹਾਂ 'ਤੇ ਚੱਲਣਗੇ। ਤਾਂ ਇਸੇ ਚੀਜ਼ ਦਾ ਅਸਰ ਅੱਜ ਤੋਂ ਬਾਅਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਵੀ ਪੈਣ ਵਾਲਾ ਹੈ, ਸਾਡੀਆਂ ਪੀੜ੍ਹੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤਾਬਾਂ ਵਾਲੇ ਪਾਸੇ ਨੂੰ ਹੋਣਗੀਆਂ। ਤਾਂ ਹੌਲੀ ਹੌਲੀ ਕਰਕੇ ਜੋ ਸਾਡੀ ਦੇਸ਼ ਗਲਤ ਰਾਹਾਂ ਵੱਲ ਨੂੰ ਜਾ ਰਿਹਾ ਉਹ ਇੱਕ ਦਿਨ ਦੁਬਾਰਾ ਫਿਰ ਭਟਕੇ ਹੋਏ ਰਸਤੇ ਤੋਂ ਸਹੀ ਰਸਤੇ 'ਤੇ ਆਵੇਗਾ। ਸੋ ਆਓ ਰਲ ਮਿਲ ਕੇ ਦੋਸਤੋ ਕਿਤਾਬਾਂ ਨੂੰ ਸਪੋਰਟ ਕਰੀਏ ਵੱਧ ਤੋਂ ਵੱਧ। ਸੋ ਦੋਸਤੋ, ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਤੱਕ ਅੱਗੇ ਵੀ ਇਸ ਨੂੰ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ। ਸੋ ਸਤਿ ਸ਼੍ਰੀ ਅਕਾਲ।